ਹਰ ਬੰਦੇ ਦੀ ਖੁਸ਼ੀ ਉਹਦੇ ਪਰਿਵਾਰ 'ਚ ਹੁੰਦੀ ਹੈ। ਜਦੋਂ ਕੱਲ ਹੀ ਪਰਿਵਾਰ 'ਤੇ ਆ ਜਾਏ ਫਿਰ ਜਾਂ ਤਾਂ ਜੱਟ ਵਿਗੜਦਾ। ਜੈ ਰੰਧਾਵਾ ਦੀ ਆਉਣ ਵਾਲੀ ਨਵੀਂ ਪੰਜਾਬੀ ਮੂਵੀ ਬਦਨਾਮ ਕੀ ਹੈ ਸਟਾਰਕਾਸਟ, ਕਦੋਂ ਰਿਲੀਜ਼ ਹੋਵੇਗੀ, ਕਦੋਂ ਇਸ ਮੂਵੀ ਦਾ ਟੀਜ਼ਰ ਟ੍ਰੇਲਰ ਰਿਲੀਜ਼ ਹੋਏਗਾ, ਪੂਰੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ। ਵੀਡੀਓ ਨੂੰ ਪੂਰਾ ਵੇਖਿਓ। ਗੱਲ ਕਰੀਏ ਪੰਜਾਬੀ ਮੂਵੀ ਬਦਨਾਮ। ਇਸ ਮੂਵੀ ਦੇ ਵਿੱਚ ਜੈ ਰੰਧਾਵਾ, ਜੈਸਮੀਨ ਬਸੀਨ, ਨਿਰਮਲ ਰਿਸ਼ੀ, ਮੁਕੇਸ਼ ਤਿਵਾਰੀ, ਮੁਕੇਸ਼ ਰਿਸ਼ੀ, ਦੇਵੀ ਸਿੰਘ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ। ਇਸ ਮੂਵੀ ਨੂੰ ਜੱਸੀ ਲੋਕਾਂ ਨੇ ਲਿਖਿਆ ਏ। ਇਸ ਤੋਂ ਪਹਿਲਾਂ ਮੈਡਲ ਮੂਵੀ ਉਹ ਲਿਖ ਚੁੱਕੇ ਨੇ। ਇਸ ਮੂਵੀ ਨੂੰ ਮਨੀਸ਼ ਭੱਟ ਡਾਇਰੈਕਟ ਕਰਨਗੇ। ਮਨੀਸ਼ ਭੱਟ ਨੇ ਰੀਸੈਂਟ ਮੂਵੀ ਰਿਲੀਜ਼ ਹੋਈ ਜੇ ਜੱਟ ਵਿਗੜ ਗਿਆ, ਉਸ ਮੂਵੀ ਨੂੰ ਵੀ ਡਾਇਰੈਕਟ ਕੀਤਾ ਸੀ। ਇਸ ਮੂਵੀ ਨੂੰ ਜੱਗ ਬੋਪਾ ਰਾਏ ਪ੍ਰੋਡਿਊਸ ਕਰੇਗਾ। ਇਹ ਮੂਵੀ ਦੇਸੀ ਜੰਕਸ਼ਨ ਫਿਲਮਸ ਅਤੇ ਜੱਗ ਬੋਪਾ ਰਾਏ ਫਿਲਮਸ ਵੱਲੋਂ ਪ੍ਰਸੈਂਟ ਕੀਤੀ ਜਾਊਗੀ। ਜੇ ਗੱਲ ਕਰੀਏ ਇਸ ਮੂਵੀ ਦੇ ਬਾਰੇ, ਇਸ ਮੂਵੀ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਉਸਦੇ ਕੁਛ ਪਿਕਚਰਸ ਸ਼ੇਅਰ ਕੀਤੇ ਗਏ ਨੇ ਜੋ ਤੁਸੀਂ ਦੇਖ ਸਕਦੇ ਜੇ। ਇਸ ਮੂਵੀ ਦੇ ਵਿੱਚ ਨਵੀਂ ਜੋੜੀ ਅਤੇ ਜੈ ਰੰਧਾਵਾ ਦਾ ਸਾਨੂੰ ਨਵਾਂ ਲੁੱਕ ਦੇਖਣ ਮਿਲੂਗਾ। ਕਲੀਨ ਸ਼ੇਪ ਅਤੇ ਪ੍ਰਿੰਟ ਸ਼ਰਟ, ਇਹ ਮੂਵੀ ਨੂੰ ਬਹੁਤ ਵੱਡੇ ਪੱਧਰ 'ਤੇ ਸ਼ੂਟ ਕੀਤਾ ਜਾਊਗਾ। ਇਸ ਮੂਵੀ ਨੂੰ ਬਹੁਤ ਹੀ ਵੱਡੇ ਲੈਵਲ 'ਤੇ ਰਿਲੀਜ਼ ਵੀ ਕੀਤਾ ਜਾਏਗਾ, ਕਿਉਂਕਿ ਇਸ ਮੂਵੀ ਦੇ ਵਿੱਚ ਸਾਨੂੰ ਜੈ ਰੰਧਾਵਾ ਅਤੇ ਮੁਕੇਸ਼ ਰਿਸ਼ੀ ਆਪਸ ਦੇ ਵਿੱਚ ਭਿੜਦੇ ਨਜ਼ਰ ਆਉਣਗੇ। ਨਾਲੇ ਮੁਕੇਸ਼ ਤਿਵਾਰੀ ਵੀ ਬਹੁਤ ਵੱਡੇ ਐਕਟਰ ਨੇ, ਬਾਲੀਵੁੱਡ ਦੀਆਂ ਅਤੇ ਸਾਊਥ ਦੀਆਂ ਫਿਲਮਾਂ ਵਿੱਚ ਬਹੁਤ ਵੱਡੇ ਵੱਡੇ ਨੈਗੇਟਿਵ ਕਿਰਦਾਰ ਨਿਭਾ ਚੁੱਕੇ ਨੇ ਅਤੇ ਫਿਲਮ ਵੇਖਣ 'ਚ ਬਹੁਤ ਮਜ਼ਾ ਆਏਗਾ। ਇਹ ਮੂਵੀ ਸਾਨੂੰ ਅਗਲੇ ਸਾਲ ਫਰਵਰੀ ਵਿੱਚ 28 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਵਰਲਡ ਵਾਈਡ ਦੇਖਣ ਮਿਲੂਗੀ। ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ।